ਵਾਲੇਕੁਮ ਪਿਆਰੇ ਜੀ ਕਿਆ ਹਾਲ ਹੈ ਠੀਕ ਹੋ ਤੁਸੀਂ ਅੱਲਾ ਤੋਂ ਉਮੀਦ ਹੈ ਕਿ ਤੁਸੀਂ ਠੀਕ ਹੀ ਹੋਵੋਗੇ ਮੈਂ ਤਾਂ ਵੀਡੀਓ ਵਲੌਗ ਬਣਾ ਰਹੀ ਸੀ ਪਰ ਕੱਲ੍ਹ ਮੈਨੂੰ ਬੜਾ ਬੁਖਾਰ ਹੈ ਤਬੀਅਤ ਖਰਾਬ ਰਹੀ ਹੈ ਅਤੇ ਮੈਂ ਕਿਹਾ ਚਲੋ ਅੱਜ ਜ਼ਰਾ ਤਬੀਅਤ ਸੰਭਲੀ ਹੈ ਅਤੇ ਮੈਂ ਕਿਹਾ ਅੱਜ ਬਣਾਵਾਂਗੀ ਇਹ ਕੱਲ੍ਹ ਜਾ ਕੇ ਅਤੇ ਦਵਾਈਆਂ ਵਗੈਰਾ ਲੈ ਕੇ ਗਈਆਂ ਡਾਕਟਰ ਕੋਲੋਂ ਉਹਨਾਂ ਕੋਲ ਡਾਕਟਰ ਨੇ ਦਵਾਈਆਂ ਦਿੱਤੀਆਂ ਅਤੇ ਕੋਈ ਬਿਹਤਰ ਹੋਈ ਹੈ ਤਬੀਅਤ ਮੈਂ ਕਿਹਾ ਚਲੋ ਨਾ ਜ਼ਰਾ ਹਿੰਮਤ ਹੋਈ ਹੈ ਅਤੇ ਨਾ ਜ਼ਰਾ ਸਫਾਈ ਵੀ ਨਾ ਗੱਲ ਕਰਾਂ ਅਤੇ ਤੁਹਾਡੀਆਂ ਗੱਲਾਂ ਪਤਾ ਨਹੀਂ ਜ਼ਰਾ ਕਿੱਥੇ ਗਈ ਹੈ ਬਾਰੀ ਇਕੱਲੀ ਰਹਿੰਦੀ ਹਾਂ ਕੱਲ੍ਹ ਤਬੀਅਤ ਨਹੀਂ ਸਹੀ ਅਤੇ ਬਾਬਾ ਹੋਸ਼ ਨਹੀਂ ਅੱਜ ਮੈਂ ਕਿਹਾ ਬਾਰਿਸ਼ ਅੱਜ ਮਾੜਾ ਕੋਈ ਫਰੈਸ਼ ਹੋਵਾਂ ਕੰਮ ਕਾਜ ਕਰਾਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰ ਲਾਂਗੀ ਇਹ ਕੱਪੜੇ ਧੋਤੇ ਸਨ ਅਤੇ ਉਹ ਠੱਪੜੇ ਨੇ ਆਉਣੀ ਮੈਂ ਕਿਹਾ ਠੱਪ ਲਾਂਗੀ ਕੱਪੜੇ ਇਹ ਸਾਡੇ ਜਿਹੜੇ ਕੰਮ ਕਾਜ ਨੇ ਰੂਟੀਨ ਦੇ ਉਹੀ ਤੋਂ ਸਾਨੂੰ ਕਰਨੇ ਨੇ ਹੋਰ ਅਸਾਂ ਕੀ ਕਰਨਾ ਨਾਸ਼ਤਾ ਕੀਤਾ ਮੈਂ ਚਾਹ ਪੀਤੀ ਅਤੇ ਉਬਲੇ ਅੰਡਾ ਖਾਧਾ ਮੈਂ ਕਿਹਾ ਕੁਛ ਨਰਜੀ ਆਵੇ ਸਿਹਤ ਸਹੀ ਹੋ ਜਾਵੇ ਅਤੇ ਫਿਰ ਤੁਹਾਡੇ ਸਰੀਰ ਲਾਗਾ ਬਣਾਉਣਾ ਕੰਮ ਕਰਦਾ ਸਵੇਰੇ ਉੱਠੀ ਨਮਾਜ਼ ਵਗੈਰਾ ਪੜ੍ਹੀ ਹੈ ਸੁਦਰਿਆ ਸੀਨ ਪੜ੍ਹੀ ਹੈ ਸੁਦਰਿਆ ਮਾਨ ਪੜ੍ਹੀ ਹੈ ਤਸਵੀਰਾਂ ਕੀਤੀਆਂ ਨੇ ਅੱਲਾ ਦਾ ਜ਼ਿਕਰ ਕੀਤਾ ਅਤੇ ਨਾਸ਼ਤਾ ਕੀਤਾ ਮੈਂ ਨਾਸ਼ਤਾ ਕਰਕੇ ਤਾਂ ਮੈਂ ਕਿਹਾ ਵਲੌਗ ਬਣਾਵਾਂ ਕੁਛ ਦੱਸੋਗਾ ਮੈਂ ਅਤੇ ਮੈਂ ਆਵਾਂ ਮੈਂ ਕੰਮ ਕਾਜ ਦੁਆ ਕਰੋ ਕਿ ਮੇਰੀ ਤਬੀਅਤ ਠੀਕ ਹੋ ਜਾਏ ਬਲਾਗਾ ਬਣਾਉਂਦਾ ਟਿਸ਼ੂ ਲੈ ਸਾਰੇ ਆ ਕਮਰਾ ਇੱਥੇ ਤੇ ਬਾਹਰ ਵਿਹੜਾ ਮੈਂ ਛੋਟਾ ਜਿਹਾ ਵਿਹੜਾ ਵਿੱਚ ਕਰਨੀ ਨਹੀਂ ਚਾਹੁੰਦੀ ਦੋ ਪਰਿੰਦੇ ਵੀ ਰੱਖੇ ਨੇ ਮੈਂ ਪਰਿੰਦੇ ਤੁਸੀਂ ਦੇਖੋ ਤੇ ਤੁਸੀਂ ਖੁਸ਼ ਹੋ ਜਾਓ ਹਰ ਵਕਤ ਜੋਰ ਕਰੀ ਰੱਖਦੇ ਨੇ ਸ਼ਹਿਰ ਚ ਆਉਂਦੇ ਰਹਿੰਦੇ ਨੇ ਬਾਰਾ ਇਹ ਦੇਖੋ ਮੇਰੇ ਪਰਿੰਦੇ ਪਿਆਰੇ ਪਿਆਰੇ ਹੈ